ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਕਜਾਵੈ। ਸਾਰੀ ਸੰਗਤਾਂ ਨੂੰ ਦੁਬਾਰਾ ਬੇਨਤੀ ਹੈ ਜੀ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਉਸ ਪਾਵਨ ਪਵਿੱਤਰ ਥਾਂ 'ਤੇ ਬੈਠੇ ਹੋ ਜਿਹੜੇ 480 BC, ਇੰਨਾ ਪੁਰਾਤਨ ਥਾਂ ਹੈ ਜਿਹਦਾ 18 ਵਾਰ ਨਾਮ ਬਦਲਿਆ ਗਿਆ, ਪਾਟਲੀ ਪੁੱਤਰ ਪੁਸ਼ਪਾ ਨਗਰੀ। ਕਈ ਵਾਰੀ ਇਹ ਨਗਰੀ ਉਜੜੀ ਹੈ, ਕਈ ਵਾਰੀ ਬਣੀ ਹੈ, ਪਰ ਜਿਸ ਵੇਲੇ ਇੱਥੇ ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ, ਜਦ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਆਏ, ਇਹ ਪਟਨਾ ਨਹੀਂ ਰਿਹਾ, ਇਹ ਪਟਨਾ ਸ਼ਹਿਰ ਹੋ ਗਿਆ, ਪਟਨਾ ਸਾਹਿਬ ਹੋ ਗਿਆ। ਕਿਉਂਕਿ ਇਸ ਧਰਤੀ 'ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 4 ਮਹੀਨੇ ਰਹਿ ਕੇ ਇਸ ਧਰਤੀ 'ਤੇ ਬਰਕਤਾਂ ਪਾਈਆਂ। ਅਤੇ ਇਹ ਕੋਈ ਕੋਇੰਸੀਡੈਂਸ ਨਹੀਂ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਇੱਥੇ ਹੋਣਾ। ਇੱਥੇ ਭਾਗ ਲਾ ਕੇ ਗਏ ਗੁਰੂ ਨਾਨਕ ਸਾਹਿਬ ਮਹਾਰਾਜ, ਇਸ ਧਰਤੀ 'ਤੇ ਬੀਜ ਬੋ ਕੇ ਗਏ। ਤਾਂਹੀਓ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਕਲਮ ਤੋਂ ਲਿਖਦੇ ਹੈ, ਤਾਤ ਮਾਤ ਮੁਰ ਅਲਖ ਇਰਾਦਾ, ਬਹੁਬਿਤ ਯੋਗ ਸਾਧਨਾ ਸਾਦਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ, ਤਿੰਨ ਪ੍ਰਭ ਜਬ ਆਇਸ ਮੋਹਿ ਦੀਆ, ਤਬ ਹਮ ਜਨਮ ਕਲੂ ਮੈਂ ਲਿਆ, ਮੁਰਪਿਦ ਪੂਰਬ ਕੀ ਅਸ ਪਿਆਨਾ, ਤਾਂ ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਇਹ ਜਾਤ ਤ੍ਰਿਵੈਣੀ ਭਏ, ਪੁੰਨ ਦਾਨ ਦਿਨ ਕਰਤ ਬਿਤੇ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਵ ਲਿਓ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਹੁਕਮਨਾਮੇ ਮਿਲਦੇ ਹੈ ਕਿ ਪਟਨੇ ਦੀ ਸੰਗਤ ਨੂੰ ਬਖਸ਼ਿਸ਼ਾਂ ਦਿੰਦੇ ਹੈ। ਗੁਰੂ ਗੋਬਿੰਦ ਰਾਏ ਮਹਾਰਾਜ ਜੀ ਦਾ ਜਨਮ ਹੋਇਆ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਢਾਕੇ ਦੀ ਧਰਤੀ ਤੋਂ ਹੁਕਮ ਲਿਖ ਕੇ ਭੇਜਦੇ ਹੈ, ਇੱਕੋ ਅੰਕਾਰ ਵਾਹਿਗੁਰੂ ਜੀ ਸਹਾਏ, ਪਟਨੇ ਕੀ ਸੰਗਤ ਕੋ ਗੁਰੂ ਰੱਖੇਗਾ, ਗੋਬਿੰਦ ਜੋ ਕੀਆ ਭਲਾ ਕੀਆ, ਜੇ ਕੋਈ ਸਰਕਾਰੀ ਅਹਿਲਕਾਰ ਆਏ ਤਾਂ ਉਹਨੂੰ ਪਿਰਾਂਦੀ ਦੇਣੀ ਹੈ, ਸਰਹੰਦੀ ਨਹੀਂ ਦੇਣੀ। ਇਹ ਸੀ ਉਹ ਜਿਸ ਵੇਲੇ ਗੋਬਿੰਦ ਰਾਏ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਿਤਾ ਨੂੰ ਤੋਰਦੇ ਉੱਤੇ, ਅਤੇ ਪਿਤਾ ਕਹਿੰਦੇ ਹੈ ਪੰਡਿਤ ਕਿਰਪਾ ਰਾਮ ਦੱਤ ਨੂੰ, ਜਾਓ ਬੱਚਿਓ ਘਰ ਜਾਓ, ਸਿਰ ਦੇ ਕੇ ਸੱਤ ਬਚਾਵਾਂਗਾ ਮੈਂ, ਇਸ ਭਾਰਤ ਦੇਸ਼ ਦੇ ਬੁਝਲੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ, ਪਾਇਆ ਤੇਲ ਲਹੂ ਦਾ ਤਾਂਹੀਓ ਭਾਰਤ ਵਰਸ਼ ਦਾ ਬਾਗ ਫਲ ਰਿਹਾ। ਅੱਜ ਵੀ ਹਿੰਦੂ ਮੰਦਰਾਂ ਦੇ ਦੀਆਂ ਅੰਦਰ ਤੇਲ ਗੁਰੂ ਤੇਗ ਬਹਾਦਰ ਸਾਹਿਬ ਦੇ ਲਹੂ ਦਾ ਬਲ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ਼ਹਾਦਤਾਂ ਦਿੱਤੀਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਨੂੰ ਚਮਕੌਰ ਦੀ ਗੜੀ ਦੇ ਵਿੱਚ ਭੇਜਿਆ, ਕਿਆ ਹਮਨੇ ਹੀ ਕਹਾ ਤਾਂ ਪਿਤਾ ਕੋ, ਜਾਂ ਦੀਜੈ ਧਰਮ ਪਰ ਲੋ ਜਾਓ ਬੇਟਾ ਹਮ ਆਪਕੋ ਕਹਿਤੇ ਹੈ, ਜਾਂ ਦੀਜੈ ਧਰਮ ਪਰ। ਕੱਲ ਰਾਜਵੰਤ ਸਿੰਘ ਜੀ ਗਾਂਧੀ ਦੇ ਘਰ ਬੈਠੇ ਇਹ ਕੇਸਾਂ ਬਾਰੇ ਵਿਚਾਰਾਂ ਹੋ ਰਹੀਆਂ ਸਨ, ਅਤੇ ਉਸ ਵੇਲੇ ਇੱਕ ਮਨ 'ਚ ਫੁਰਨਾ ਆਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੇਸਾਂ ਦੀ ਕਿੰਨੀ ਵੱਡੀ ਬਖਸ਼ਿਸ਼ ਦਿੱਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਦੀ ਵੀ ਸਿੱਖਾਂ ਦੇ ਸਾਹਮਣੇ ਕੇਸ ਹਰੇ ਨਹੀਂ ਕਰਦੇ ਸੀ, ਭਾਈ ਵੀਰ ਸਿੰਘ ਜੀ ਵੀ ਲਿਖਦੇ ਨੇ, ਕਮਰਾ ਬੰਦ ਕਰਕੇ ਕੇਸ ਹਰੇ ਕੀਤੇ ਜਾਂਦੇ ਸਨ। ਜਿਸ ਵੇਲੇ ਭੰਗਾਣੀ ਦਾ ਯੁੱਧ ਫਤਿਹ ਕੀਤਾ ਹੈ, ਜੰਗ ਜੀਤ ਆਏ ਰਹਿ ਜੈਅੰਗ ਜੀਤ ਗਾਏ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਅਤੇ ਉੱਥੇ ਪੀਰ ਬੁੱਧੂ ਸ਼ਾਹ ਜੀ ਆਏ ਨੇ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਿੱਖਾਂ ਨੇ ਅੰਦਰ ਨਹੀਂ ਜਾਣ ਦਿੱਤਾ, ਪਰ ਗੁਰੂ ਸਾਹਿਬ ਨੇ ਆਵਾਜ਼ ਸੁਣੀ ਪੀਰ ਜੀ ਆਏ ਨੇ, ਅਤੇ ਪੀਰ ਜੀ ਨੇ ਸਿਰਫ ਪੀਰ ਬੁੱਧੂ ਸ਼ਾਹ ਜੀ ਨੇ ਗੁਰੂ ਸਾਹਿਬ ਦੀ ਹਯਾਤੀ ਵਿੱਚ ਗੁਰੂ ਸਾਹਿਬ ਦੇ ਕੇਸਾਂ ਦੇ ਦਰਸ਼ਨ ਕੀਤੇ ਸੀਸ ਦੇ, ਅਤੇ ਪੀਰ ਜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਿਹਾ ਤੁਹਾਡੇ ਲਈ ਗੁਰੂ ਨਾਨਕ ਦੇ ਦਰ ਦੇ ਖਜ਼ਾਨੇ ਖੁੱਲ੍ਹੇ ਨੇ, ਮੰਗ ਲਓ ਅੱਜ ਜੋ ਮੰਗਣਾ। ਅਤੇ ਪੀਰ ਜੀ ਮੰਗਦੇ ਪਾਤਸ਼ਾਹ ਜੀ ਇੱਕ ਕੰਘਾ ਦੇ ਦਿਉ। ਦੇਖੋ ਕੰਘਾ, ਪਾਤਸ਼ਾਹ ਜੀ ਦੀਆਂ ਕਕਾਰਾਂ ਸਭ ਤੋਂ ਬੇਸ਼ਕੀਮਤੀਆਂ। ਸਾਹਿਬ ਜੀ ਰੁਕ ਗਏ, ਭਾਈ ਵੀਰ ਸਿੰਘ ਜੀ ਨੇ ਇਤਿਹਾਸ ਲਿਖਿਆ ਕਿ ਪਾਤਸ਼ਾਹ ਜੀ ਰੁਕ ਗਏ, ਪਰ ਗੁਰੂ ਸਾਹਿਬ ਆਪਣੇ ਕੇਸ ਕੱਢਣ ਲੱਗੇ ਜਿਹੜੇ ਹਰੇ ਕੀਤੇ ਸੀ। ਪੀਰ ਜੀ ਨੇ ਹੱਥ ਫੜ ਲਿਆ, ਹੱਥ ਜੋੜ ਕੇ ਕਿਹਾ ਪਾਤਸ਼ਾਹ ਜੀ ਇਹ ਕੇਸ ਵੀ ਝੋਲੀ ਪਾ ਦਿਉ, ਇਹ ਕੇਸ ਵੀ ਝੋਲੀ ਪਾ ਜਾਓ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਕਿ ਕੇਸ ਗੁਰੂ ਕੀ ਮੋਹਰ ਹੈ, ਪੀਰ ਬੁੱਧੂ ਸ਼ਾਹ ਤੁਸੀਂ ਸਿੱਖੀ ਮੰਗ ਲਈ। ਜਿਸ ਵੇਲੇ 1699 ਦੀ ਵਿਸਾਖੀ 'ਚ ਅੰਮ੍ਰਿਤ ਛਕਾਇਆ ਗਿਆ, ਕੇਸਾਂ ਦੇ ਵਿੱਚ ਅੰਮ੍ਰਿਤ ਪਾਇਆ ਗਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਜਿਹੜਾ ਅੰਮ੍ਰਿਤਧਾਰੀ ਸਿੰਘ ਬਾਣੇ ਦਾ ਰਹਿਤਵਾਨ ਸਿੰਘ ਜਿੱਥੇ ਸਿਰ ਧੋਏਗਾ, ਜਿੱਥੋਂ ਉਹ ਪਾਣੀ ਕੇਸਾਂ ਤੋਂ ਰੱਖ ਕੇ ਡਿੱਗੇਗਾ, ਉਸ ਧਰਤੀ 'ਤੇ ਰਿੱਧੀਆਂ ਆਉਣਗੀਆਂ, ਉਸ ਧਰਤੀ 'ਤੇ ਸਿੱਧੀਆਂ ਆਉਣਗੀਆਂ। ਗੁਰੂ ਸਵਾਰਿਓ, ਪੰਜਾਬ ਦੀ ਧਰਤੀ ਤੋਂ ਤੁਸੀਂ ਆਇਓ, ਹਿੰਦੁਸਤਾਨ ਦੀ ਵਿਸ਼ਵ ਦੀ ਧਰਤੀ 'ਤੇ ਆਇਓ, ਕੇਸਾਂ ਦੀ ਬੇਤਬੀ ਨਾ ਕਰੋ, ਕੇਸਾਂ ਨੂੰ ਬਚਾਓ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੂੜਾ ਸਿਰ 'ਤੇ ਕਰੋ, ਤਾਂ ਉਹਦੀ ਇੱਕ ਮਹੱਤਤਾ ਹੈ, ਉਹਦੀ ਇੱਕ ਬਖਸ਼ਿਸ਼ ਹੈ, ਸਪਿਰਿਚੁਅਲ ਇੰਟੈਲੀਜੈਂਸ ਹੈ। ਸਮਾਂ ਸਮਾਪਤ ਹੈ ਜੀ, ਧੰਨਵਾਦ ਆਪ ਸਾਰਿਆਂ ਦੇ ਮਾਣ ਪਿਆਰ ਦਾ, ਖੰਡੇ ਬਾਟੇ ਦੀ ਪੌਲ ਲਈਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖ ਬਣੀਏ। ਕਿਉਂ ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ, ਮਾਂ ਗੁਜਰੀ ਵਿੱਚ ਸਰਹੰਦ ਗੁਜਰੀ, ਸਮਾਂ ਗੁਜਰਿਆ ਉਵੇਂ ਗੁਜ਼ਾਰਿਆ ਮੈਂ, 4 ਪੁੱਤ ਬਖਸ਼ੇ ਸੀ ਪਰਮਾਤਮਾ ਨੇ, ਜੋੜਾ ਜੋੜਾ
ਤਬਾਹ ਕਰਕੇ ਵਾਰਿਆ ਮੈਂ, ਮਤ ਕਹੋ ਸਿੱਖੋ ਮੈਨੂੰ ਸ਼ਹਿਨਸ਼ਾਹ, ਅੱਜ ਕਿਸ਼ਤਾਂ ਵਿੱਚ ਕਰਜ ਉਤਾਰਿਆ ਮੈਂ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਰਿਹਾ।